ਮੈਂ ਕਿਹਾ ਆਪਾਂ ਦੂਜੇ ਲੋਕਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਬੋਲਣ। ਬਿਲਕੁਲ ਬਿਲਕੁਲ ਠੀਕ ਹੈ। ਤੁਹਾਡੇ ਕੋਲ ਤੇ ਮੇਰੇ ਖਿਆਲ ਕਾਂਗਰਸ ਅਕਾਲੀ ਲੀਡਰ ਵੀ ਹੋ ਕੇ ਗਏ ਆ ਤੁਹਾਡੇ ਫ੍ਰਿਜ਼ਨੋ ਏਰੀਆ ਦੇ ਵਿੱਚ। ਬੜੇ ਆਏ ਹੋਏ ਜੀ ਇੱਥੇ। ਚਲੋ ਉਹਨਾਂ ਦੀ ਗੱਲ ਤਾਂ ਬਾਅਦ ਕਰਦੇ, ਪਰ ਬਾਦਲ ਸਾਹਿਬ ਨਾ ਸੱਚ ਭੁੱਲ ਗਏ। ਹਾਂਜੀ, ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਨਾ ਕਿਹੜੇ ਕਿਹੜੇ ਅਹੁਦੇ ਦਿੱਤੇ ਹੈ, ਹਾਂਜੀ ਦੇ ਹਿਸਾਬ ਨਾਲ ਜਾਂ ਤਾਂ ਵੀ ਪਹਿਲਾਂ ਝੂਠ ਬਾਹਲੇ ਬੋਲਦੇ ਰਹੇ, ਹੁਣ ਸੱਚ ਨਿਕਲਣ ਲੱਗ ਗਏ ਮੂੰਹੋਂ, ਸ਼ਾਇਦ ਹੋਰ ਵੀ ਡੰਗਣ ਜੀ। ਤੇ ਉਹ ਸਹੀ ਭੁੱਲ ਗਏ ਵੀ ਆਪਦੇ ਪਰਿਵਾਰ ਚ ਹੀ ਵੰਡਿਆ, ਉਹ ਮਤਲਬ ਇਹ ਨੀ ਸੋਚੇ ਵੀ ਆਪਦੀ ਕੁੜੀ ਜਵਾਈ ਨੂੰ ਵੀ ਕੁਛ ਦਿੱਤਾ ਹੈ। ਬਿਲਕੁਲ, ਉਹ ਐਕਚੁਲੀ ਜੋ ਗੱਲਾਂ ਉਹਨਾਂ ਨੇ ਮਜੀਠੀਆ ਪਰਿਵਾਰ ਨੂੰ ਕਹੀਆਂ ਐਕਚੁਲੀ ਉਹਨਾਂ ਦੇ ਆਪਣੇ ਪਰਿਵਾਰ ਤੇ ਜ਼ਿਆਦਾ ਢੁੱਕਦੀਆਂ ਵਾ। ਢੁੱਕਦੀਆਂ ਹਾਂਜੀ ਬਿਲਕੁਲ ਢੁੱਕਦੀਆਂ।